ਸਤਿ ਸ਼੍ਰੀ ਅਕਾਲ ਦਰਸ਼ਕੋ, ਅੱਜ ਦਾ ਜਿਹੜਾ ਸਾਡੀ ਚਰਚਾ ਦਾ ਵਿਸ਼ਾ ਹੈ ਉਹ ਅਸੀਂ ਜਿੱਦਾਂ ਆਮ ਪਾਪੂਲੇਸ਼ਨ ਨੂੰ ਜਦੋਂ IVF ਕਰਵਾਉਂਦੇ ਹਨ ਤਾਂ ਐਮਬਰੀਓਲੋਜੀ ਬਾਰੇ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਪੇਸ਼ੈਂਟਸ ਹੁੰਦੇ ਆ, ਉਹਨਾਂ ਦਾ IVF ਹੋਇਆ ਹੁੰਦਾ, ਉਹਨਾਂ ਨੂੰ ਪੁੱਛੋ ਕਿ ਤੁਹਾਡੇ ਕਿੰਨੇ ਐਮਬਰੀਓਸ ਪਾਏ ਸਨ, ਉਹ ਦੱਸਦੇ ਹੀ ਨਹੀਂ ਕਿ ਕਿੰਨੇ ਐਮਬਰੀਓਸ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਜਾਂ ਫਿਰ ਅਸੀਂ ਪੇਸ਼ੈਂਟਸ ਨੂੰ ਜਦੋਂ ਪੁੱਛਦੇ ਹਾਂ ਕਿ ਤੁਹਾਡੇ ਜਿਹੜੇ ਹੈਗੇ ਐਮਬਰੀਓਸ ਦੀ ਕੁਆਲਿਟੀ ਕਿੱਦਾਂ ਦੀ ਸੀਗੀ, ਤਾਂ ਉਹਨਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਜਦੋਂ ਵੀ ਸਾਡਾ IVF ਹੁੰਦਾ, ਕਿਉਂਕਿ ਅਸੀਂ ਇੰਨਾ ਪੈਸਾ ਖਰਚ ਕਰਦੇ ਹਾਂ, ਤਾਂ ਇਹ ਕਾਇੰਡ ਆਫ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਐਮਬਰੀਓਲੋਜੀ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਗਈ, ਸਾਡੇ ਐਮਬਰੀਓਸ ਕਿਸ ਤਰ੍ਹਾਂ ਦੇ ਬਣੇ, ਕਿੰਨੇ ਐਮਬਰੀਓਸ ਪਾਏ ਗਏ। ਜੇ ਡਾਕਟਰ ਨਹੀਂ ਵੀ ਦੱਸ ਰਹੇ ਤਾਂ ਤੁਹਾਨੂੰ ਪੁੱਛਣਾ ਚਾਹੀਦਾ ਕਿ ਐਮਬਰੀਓਲੋਜੀ ਕਿਸ ਤਰ੍ਹਾਂ ਦੀ ਰਹੀ। ਹੁਣ ਅਸੀਂ ਐਮਬਰੀਓਲੋਜੀ ਨੂੰ ਸਮਝਣ ਲਈ ਇਹਨੂੰ ਕੁਝ ਪਾਰਟਸ ਵਿੱਚ ਡਿਵਾਈਡ ਕਰਾਂਗੇ ਔਰ ਅਸੀਂ ਡੇ ਵਾਈਜ਼ ਸਮਝਾਂਗੇ। ਐਮਬਰੀਓਲੋਜੀ ਜਿਹੜੀ ਹੈਗੀ ਆ ਉਹ ਪਹਿਲੇ ਤਾਂ ਸੈਕਿੰਡ ਡੇ ਆਫ ਪੀਰੀਅਡਸ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਵਿੱਚ ਸਾਡੇ ਐੱਗ ਬਣਦੇ ਹਨ 10 ਦਿਨ ਤੱਕ ਟੀਕੇ ਲਗਾ ਕੇ। ਸੋ ਐੱਗ ਦਾ ਨੰਬਰ, ਕਿੰਨੇ ਐੱਗ ਐਕਸਪੈਕਟਿਡ ਨੇ, ਐੱਗ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਹੈ, ਉਹ ਏਜ ਦੇ ਆਧਾਰ 'ਤੇ ਡਾਕਟਰ ਤੋਂ ਪੁੱਛੀ ਜਾ ਸਕਦੀ ਹੈ। ਕਿੰਨੇ ਐਕਸਪੈਕਟਿਡ ਨੰਬਰ ਆਫ ਐੱਗਸ ਹੈਗੇ ਆ, ਇਹ ਸਟਿਮੂਲੇਸ਼ਨ ਦੇ ਦੌਰਾਨ ਕਾਫੀ ਡਾਕਟਰ ਤੋਂ ਪੁੱਛ ਕੇ ਪਤਾ ਲਗਾ ਲੈਣਾ ਚਾਹੀਦਾ। ਹੁਣ ਐੱਗਸ ਦਾ ਜਿਹੜਾ ਨੰਬਰ ਹੈ ਉਹ ਇੱਕ ਕਹਿ ਲਓ ਰੋ ਮਟੀਰੀਅਲ ਹੈ ਜਿਹੜੇ ਸਾਡਾ ਲੈਬ ਵਿੱਚ ਜਾਏਗਾ ਔਰ ਉਸ ਤੋਂ ਬਾਅਦ ਅੱਗੇ ਸਾਡੇ ਐਮਬਰੀਓਸ ਬਣਨੇ ਸ਼ੁਰੂ ਹੋਣਗੇ। ਹੁਣ ਐੱਗ ਦੇ ਨੰਬਰ 'ਤੇ ਆਈਏ ਤਾਂ ਜਦੋਂ ਐੱਗਸ ਨਿਕਾਲੇ ਜਾਂਦੇ ਹਨ ਉਸ ਤੋਂ ਪਹਿਲੇ ਇੱਕ ਟੈਸਟ ਹੁੰਦਾ ਹੈ ਜਿਹਨੂੰ ਅਸੀਂ E2 ਟੈਸਟ ਕਹਿੰਦੇ ਹਾਂ। E2 ਟੈਸਟ ਜਿਹੜਾ ਹੈਗਾ ਉਹ ਸਾਡੇ ਐੱਗਸ ਦੇ ਨੰਬਰ ਕਾਫੀ ਹੱਦ ਤੱਕ ਦੱਸਦਾ ਹੈ। ਸੋ ਫੋਰ ਐਗਜ਼ਾਮਪਲ, ਜਿੱਦਾਂ ਸਾਡਾ E2 ਟੈਸਟ ਮੰਨ ਲਓ 2000 ਹੈ, ਤਾਂ ਇਹਦਾ ਮਤਲਬ ਹੈ ਕਿ 10 ਦੇ ਅਰਾਊਂਡ ਮਚਿਓਰ ਐੱਗਸ ਮਿਲਣ ਦੀ ਸੰਭਾਵਨਾ ਹੈ। ਜਦੋਂ ਐੱਗਸ ਜਿਹੜੇ ਹੈਗੇ ਆ ਉਹ ਕੱਢੇ ਜਾਂਦੇ ਆ ਤਾਂ ਇਹ ਪ੍ਰੋਸੀਜਰ ਕਾਫੀ ਸਿੰਪਲ ਹੁੰਦਾ ਔਰ ਇਹ ਐੱਗਸ ਜਿਹੜੇ ਹੈਗੇ ਆ ਉਹ ਦਿਖ ਨਹੀਂ ਰਹੇ ਹੁੰਦੇ, ਸਕੈਨਿੰਗ 'ਤੇ ਸਿਰਫ ਫੋਲੀਕਲਸ ਦਿਖ ਰਹੇ ਹੁੰਦੇ ਆ। ਜਦੋਂ ਅਸੀਂ ਫੋਲੀਕਲ ਦੇ ਅੰਦਰ ਦਾ ਫਲੂਇਡ ਚੈੱਕ ਕਰਦੇ ਹਾਂ ਤਾਂ ਅਸੀਂ ਉਹਦੇ ਵਿੱਚ ਐੱਗ ਜਿਹੜਾ ਹੈਗਾ ਉਹ ਮਾਈਕਰੋਸਕੋਪ ਦੇ ਨੀਚੇ ਦੇਖ ਕੇ ਹੀ ਲੱਭ ਸਕਦੇ ਹਾਂ। ਇਹ ਐੱਗਸ ਦੇ ਨੰਬਰ ਤੋਂ ਐਮਬਰੀਓਸ ਦੇ ਨੰਬਰ ਡਾਇਰੈਕਟਲੀ ਪ੍ਰੋਪੋਰਸ਼ਨਲ ਨਹੀਂ ਹੈ, ਯਾਨੀ ਕਿ ਜਿੰਨੇ ਐੱਗ ਬਣੇ ਜ਼ਰੂਰੀ ਨਹੀਂ ਹੈ ਉਨੇ ਹੀ ਐਮਬਰੀਓਸ ਬਣਨ। ਇਹ ਲੈਬ ਵਿੱਚ ਜਾ ਕੇ ਇਹਨਾਂ ਦਾ ਨੰਬਰ ਥੋੜ੍ਹਾ ਜਿਹਾ ਘੱਟਦਾ ਜਾਂਦਾ ਹੈ। ਕੁਝ ਪੇਸ਼ੈਂਟ ਸਾਨੂੰ ਪੁੱਛਦੇ ਹਨ ਕਿ ਸਾਡੇ ਕਿੰਨੇ ਆਪਟੀਮਮ ਨੰਬਰ ਆਫ ਐੱਗਸ ਹਨ, ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ 15 ਜਿਹੜਾ ਹੈਗਾ ਇੱਕ ਵਧੀਆ ਨੰਬਰ ਹੁੰਦਾ ਹੈ। 15 ਤੱਕ ਜਿਹੜੇ ਹੈਗੇ ਆ ਜੇ ਐੱਗਸ ਹੋਣ ਤਾਂ ਐਮਬਰੀਓਸ ਵਧੀਆ ਬਣਨ ਦੀ ਸੰਭਾਵਨਾ ਹੁੰਦੀ ਹੈ। ਜਿੱਦਾਂ ਜਿੱਦਾਂ ਐੱਗਸ ਦਾ ਨੰਬਰ ਵੱਧਦਾ ਜਾਂਦਾ ਤਾਂ ਪ੍ਰੈਗਨੈਂਸੀ ਹੋਣ ਦੇ ਚਾਂਸ ਘੱਟਦੇ ਜਾਂਦੇ ਆ, ਜਿੱਦਾਂ ਜਿੱਦਾਂ ਐੱਗ ਦਾ ਨੰਬਰ ਇਸ ਤੋਂ ਘੱਟਦਾ ਜਾਂਦਾ ਉੱਦਾਂ ਉੱਦਾਂ ਵੀ ਪ੍ਰੈਗਨੈਂਸੀ ਦੇ ਚਾਂਸ ਘੱਟਦੇ ਜਾਂਦੇ। ਸੋ 10 to 15 ਇੱਕ ਆਪਟੀਮਮ ਨੰਬਰ ਹੈ। ਐੱਗਸ ਜਿਹੜੇ ਹੈਗੇ ਆ ਉਹ ਜਦੋਂ ਮਿਲ ਜਾਂਦੇ ਹੈ ਤਾਂ ਉਹਨਾਂ ਦਾ ਸਭ ਤੋਂ ਪਹਿਲੇ ਜਿਹੜਾ ਉਹਨਾਂ ਦੇ ਆਸ ਪਾਸ ਦੇ ਸੈੱਲ ਉਤਾਰੇ ਜਾਂਦੇ ਹਨ ਜਿਹਨੂੰ ਅਸੀਂ ਡੀਨਿਊਡੇਸ਼ਨ ਕਹਿੰਦੇ ਹਾਂ, ਔਰ ਇਹ ਜਿਹੜੇ ਹੈਗੇ ਇਹਨਾਂ ਦੇ ਨੀਚੇ ਜਿਹੜੇ ਐੱਗਸ ਹੁੰਦੇ ਹਨ ਉਹਨਾਂ ਦੇ ਅੰਦਰ ਇੱਕ ਪੋਲਰ ਬੋਡੀ ਦੇਖੀ ਜਾਂਦੀ ਹੈ ਜਦੋਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਐੱਗਸ ਮਚਿਓਰ ਕਿੰਨੇ ਹਨ, ਤਾਂ ਅਸੀਂ ਇਸ ਨੂੰ ਮਚਿਓਰਿਟੀ ਰੇਟ ਕਹਿੰਦੇ ਹਾਂ। ਫੋਰ ਐਗਜ਼ਾਮਪਲ, 15 ਐੱਗ ਨੇ ਤਾਂ ਉਹਨਾਂ ਤੋਂ 12-13 ਔਰ ਕਈ ਵਾਰੀ 11 or 10 ਇਸ ਤਰ੍ਹਾਂ ਮਚਿਓਰ ਐੱਗਸ ਮਿਲਦੇ ਹਨ। ਮਚਿਓਰ ਐੱਗਸ ਦੇ ਉੱਤੇ ਹੀ ਇਕਸੀ ਦਾ ਪ੍ਰੋਸੀਜਰ ਕੀਤਾ ਜਾਂਦਾ ਹੈ। ਇਕਸੀ ਦਾ ਪ੍ਰੋਸੀਜਰ ਮਤਲਬ ਇੱਕ ਇੱਕ ਐੱਗ ਦੇ ਅੰਦਰ ਇੱਕ ਇੱਕ ਸਪਰਮ ਪਾਉਣਾ। ਸੋ ਜਿਹੜਾ ਇਕਸੀ ਦਾ ਪ੍ਰੋਸੀਜਰ ਹੈ ਉਹ ਜਿਸ ਦਿਨ ਐੱਗ ਨਿਕਾਲੇ ਜਾਂਦੇ ਹਨ ਸੇਮ ਡੇ ਹੋ ਜਾਂਦਾ ਹੈ। ਉਸ ਤੋਂ ਬਾਅਦ ਓਵਰਨਾਈਟ ਇਹਨਾਂ ਨੂੰ ਇਨਕਿਊਬੇਟਰ ਵਿੱਚ ਰੱਖ ਕੇ ਕਲਚਰ ਕੀਤਾ ਜਾਂਦਾ ਹੈ। ਅਗਲੇ ਦਿਨ ਸਵੇਰੇ ਜਦੋਂ ਇਹਨਾਂ ਨੂੰ ਦੁਬਾਰਾ ਚੈੱਕ ਕੀਤਾ ਜਾਂਦਾ ਹੈ ਤਾਂ ਜੋ ਅਗਲੇ ਦਿਨ ਦਿਖਦਾ ਹੈ ਉਹਨਾਂ ਨੂੰ ਅਸੀਂ ਪ੍ਰੋ ਨਿਊਕਲੀਅਸ ਕਹਿੰਦੇ ਹਾਂ। ਪ੍ਰੋ ਨਿਊਕਲੀਅਸ ਜਿਹੜਾ ਚੈੱਕ ਕੀਤਾ ਜਾਂਦਾ ਉਹਦੇ ਵਿੱਚ ਇੱਕ ਮਦਰ ਦਾ ਅਤੇ ਇੱਕ ਫਾਦਰ ਦਾ ਨਿਊਕਲੀਅਸ ਆ ਗਿਆ ਹੁੰਦਾ ਹੈ। ਉਸਦੀ ਗ੍ਰੇਡਿੰਗ ਹੁੰਦੀ ਹੈ, ਉਹਨਾਂ ਦੇ ਸਾਈਜ਼, ਉਹਨਾਂ ਦੀ ਜਿਹੜੀ ਪੋਲੈਰਿਟੀ ਵਗੈਰਾ ਦੇਖੀ ਜਾਂਦੀ ਹੈ, ਜਿਹਦੇ ਹਿਸਾਬ ਨਾਲ ਅਸੀਂ ਦੱਸ ਸਕਦੇ ਹਾਂ ਕਿ ਇਹਨਾਂ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਹੈ। ਨਾਲ ਜਿਹੜੇ ਮਚਿਓਰ ਐੱਗਸ ਹੈ ਜਿਹੜੇ ਫਰਟੀਲਾਈਜ਼ ਹੋਏ ਉਹਨਾਂ ਦੇ ਬਾਅਦ ਫਿਰ ਇਹਨਾਂ ਦਾ ਨੰਬਰ ਥੋੜ੍ਹਾ ਜਿਹਾ ਘੱਟ ਜਾਂਦਾ ਹੈ। ਜਿੱਦਾਂ ਕਿ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਐੱਗ ਜਿਹਦੇ ਅੰਦਰ ਸਪਰਮ ਪਾਇਆ ਗਿਆ ਉਹ ਫਰਟੀਲਾਈਜ਼ ਹੋ ਜਾਏ। ਸੋ ਕੁਛ ਨੰਬਰ, ਫੋਰ ਐਗਜ਼ਾਮਪਲ 10 or 11 ਮਚਿਓਰ ਐੱਗਸ ਸਨ, ਤਾਂ ਉਹਨਾਂ ਵਿੱਚੋਂ 8, 9, 10 ਡਿਪੈਂਡਿੰਗ ਔਨ ਐੱਗ ਅਤੇ ਸਪਰਮ ਕੁਆਲਿਟੀ ਫਰਟੀਲਾਈਜ਼ ਹੋ ਜਾਂਦੇ ਹਨ। ਉਸ ਤੋਂ ਨੈਕਸਟ ਸਟੈਪ ਹੁੰਦਾ ਹੈ ਕਿ ਇਹਨਾਂ ਨੂੰ ਫਿਰ ਓਵਰਨਾਈਟ ਕਲਚਰ ਕੀਤਾ ਜਾਂਦਾ ਹੈ ਅਤੇ ਦੂਸਰੇ ਦਿਨ ਐਮਬਰੀਓਸ ਦੇਖੇ ਜਾਂਦੇ ਹਨ। Day 2 'ਤੇ ਜਿਹੜੇ ਐਮਬਰੀਓਸ ਹੈਗੇ ਆ ਉਹ 4 ਸੈੱਲ ਦੇ ਹੋਣੇ ਚਾਹੀਦੇ ਆ, ਯਾਨੀ ਕਿ ਇਹ ਜਿਹੜਾ ਪ੍ਰੋਨਿਊਕਲੀਅਸ ਹੈ ਇਹ ਟੁੱਟ ਕੇ 4 ਸੈੱਲ ਵਿੱਚ ਡਿਵਾਈਡ ਹੋ ਜਾਂਦਾ ਹੈ। ਇਹ ਜਿਹੜਾ 4 ਸੈੱਲ ਐਮਬਰੀਓ ਹੈ ਇਹਦੀ ਵੀ ਗ੍ਰੇਡਿੰਗ ਹੁੰਦੀ ਹੈ, ਇਹਦੇ ਵਿੱਚ ਸੈੱਲਸ ਦਾ ਨੰਬਰ ਗਿਣਿਆ ਜਾਂਦਾ ਹੈ। ਕੁਛ ਐਮਬਰੀਓਸ ਫਾਸਟ ਹੁੰਦੇ ਹਨ, ਛੇਤੀ ਗਰੋ ਕਰ ਜਾਂਦੇ ਆ, 5 cells, 6 cells ਵੀ ਹੋ ਜਾਂਦੇ ਹਨ Day 2 'ਤੇ। ਕੁਛ ਸੈੱਲਸ ਐਮਬਰੀਓ ਸਲੋ ਹੁੰਦੇ ਹਨ, ਉਹ 3 cells, 2 cells ਵੀ ਰਹਿ ਜਾਂਦੇ ਹਨ। ਈਵਨ ਨੰਬਰ ਹਮੇਸ਼ਾ ਵਧੀਆ ਹੁੰਦਾ ਹੈ। ਇਸ ਦੇ ਨਾਲ ਨਾਲ ਸੈੱਲਸ ਦੇ ਜਿਹੜੇ ਸਾਈਜ਼ ਦੇਖੇ ਜਾਂਦੇ ਹਨ ਔਰ ਉਹਨਾਂ ਦੇ ਨਾਲ ਜੇ ਸੈੱਲਸ ਦੇ ਛੋਟੇ ਛੋਟੇ ਟੁਕੜੇ ਜਿਹਨੂੰ ਅਸੀਂ ਫਰੈਗਮੈਂਟੇਸ਼ਨ ਕਹਿੰਦੇ ਹਾਂ ਉਹ ਵੀ ਦੇਖੀ ਜਾਂਦੀ ਹੈ। 10 to 15% ਤੱਕ ਫਰੈਗਮੈਂਟੇਸ਼ਨ ਐਕਸੈਪਟੇਬਲ ਹੈ। ਇਹਦੇ ਵਿੱਚ ਮਤਲਬ ਐਮਬਰੀਓਸ ਜਿਹੜੇ ਆ ਉਹ A ਗ੍ਰੇਡ, B ਗ੍ਰੇਡ ਇਸ ਤਰ੍ਹਾਂ ਉਹਨਾਂ ਦੀ ਗ੍ਰੇਡਿੰਗ ਕੀਤੀ ਜਾਂਦੀ ਹੈ।
ਉਸ ਤੋਂ ਬਾਅਦ ਇਹਨਾਂ ਨੂੰ ਫਿਰ ਕਲਚਰ ਕੀਤਾ ਜਾਂਦਾ, ਉਸ ਤੋਂ ਅਗਲੇ ਦਿਨ ਫਿਰ ਅਸੈਸ ਕੀਤਾ ਜਾਂਦਾ, ਤੀਸਰੇ ਦਿਨ ਐਮਬਰੀਓਜ਼ ਆਮ ਕਰਕੇ 8 ਸੈੱਲ ਦੇ ਹੁੰਦੇ ਹਨ। ਸੋ 8 ਸੈੱਲ ਦੇ ਜਿਹੜੇ ਐਮਬਰੀਓਜ਼ ਹੁੰਦੇ ਹਨ ਉਹ ਉਹਨਾਂ ਦੀ ਵੀ ਗ੍ਰੇਡਿੰਗ ਹੁੰਦੀ ਹੈ ਕਿ ਉਹਨਾਂ ਦੇ ਸੈੱਲਸ ਦਾ ਨੰਬਰ, ਸਾਈਜ਼, ਔਰ ਉਹਨਾਂ ਦੇ ਅੰਦਰ ਕੋਈ ਫਰੈਗਮੈਂਟੇਸ਼ਨ ਤਾਂ ਨਹੀਂ ਹੈ, ਉਸ ਦੇ ਹਿਸਾਬ ਨਾਲ ਇਹਨਾਂ ਦੀ ਗ੍ਰੇਡਿੰਗ ਕੀਤੀ ਜਾਂਦੀ ਹੈ। ਕੁਛ ਐਮਬਰੀਓਜ਼ ਸਲੋ ਹੁੰਦੇ ਹਨ, 6 ਸੈੱਲ, 5 ਸੈੱਲ ਰਹਿ ਜਾਂਦੇ ਹਨ, ਕੁਛ ਐਮਬਰੀਓਜ਼ ਫਾਸਟ ਹੁੰਦੇ ਹਨ ਜਿਹੜੇ ਬਹੁਤ ਛੇਤੀ ਕੰਪੈਕਟ ਕਰ ਜਾਂਦੇ ਹਨ। ਹੁਣ 8 ਸੈੱਲ ਐਮਬਰੀਓਜ਼ ਜਿਹੜੇ ਹੈਗੇ ਆ ਉਹਨਾਂ ਦੇ ਨੰਬਰ 'ਤੇ ਡਿਪੈਂਡ ਕਰਦਾ ਹੈ ਕਿ ਅਸੀਂ ਇਹਨਾਂ ਦੇ ਟ੍ਰਾਂਸਫਰ ਕਰਨਾ ਹੈ ਜਾਂ ਇਹਨਾਂ ਨੂੰ ਅੱਗੇ ਲੈ ਕੇ ਜਾਣਾ। ਜੇ ਤਾਂ ਐਮਬਰੀਓਜ਼ ਦਾ ਨੰਬਰ ਘੱਟ ਹੈ, ਜਿੱਦਾਂ 2 ਜਾਂ 3 ਹੀ ਐਮਬਰੀਓਜ਼ ਵਧੀਆ ਬਣੇ, ਤਾਂ ਸਾਡਾ ਆਈਡੀਆ ਹੁੰਦਾ ਕਿ ਅਸੀਂ ਇਹਨਾਂ ਨੂੰ ਟ੍ਰਾਂਸਫਰ ਕਰ ਦਈਏ। ਜੇ ਐਮਬਰੀਓਜ਼ ਦਾ ਨੰਬਰ ਜਿੱਦਾਂ 4 ਜਾਂ 5 ਹੈ ਤਾਂ 4 ਜਾਂ 5 ਐਮਬਰੀਓਜ਼ ਤਾਂ ਪਾਏ ਨਹੀਂ ਜਾ ਸਕਦੇ। ਸੋ ਅਸੀਂ ਇਹਨਾਂ ਅਸੀਂ ਆਪਸ 'ਚ ਡਿਸੀਜਨ ਕਰਦੇ ਹਾਂ ਕਿ ਇਹਨਾਂ ਨੂੰ ਅੱਗੇ ਲੈ ਕੇ ਜਾਣਾ। ਸੋ ਡੇ 3 'ਤੇ ਅਸੀਂ ਇਹ ਫੈਸਲਾ ਕਰਦੇ ਹਾਂ ਕਿ ਐਮਬਰੀਓਜ਼ ਦਾ ਅੱਜ ਟ੍ਰਾਂਸਫਰ ਕਰ ਦੇਣਾ ਜਾਂ ਫਿਰ ਇਹਨਾਂ ਨੂੰ ਅੱਗੇ ਲੈ ਕੇ ਜਾਣਾ। ਜੇ ਅੱਗੇ ਲੈ ਕੇ ਜਾਣਾ ਹੈ ਤਾਂ ਉਸਨੂੰ ਅਸੀਂ ਬਲਾਸਟੋਸਿਸਟ ਕਲਚਰ ਕਹਿੰਦੇ ਹਾਂ। ਚੌਥੇ ਦਿਨ 'ਤੇ ਐਮਬਰੀਓਜ਼ ਖੋਲ੍ਹੇ ਨਹੀਂ ਜਾਂਦੇ, ਕਿਉਂਕਿ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਜਿਹੜੇ ਐਮਬਰੀਓਜ਼ ਹੁੰਦੇ ਉਹ ਇਸ ਪੁਆਇੰਟ ਆਫ ਟਾਈਮ 'ਤੇ ਉਹਨਾਂ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਰਹੀ ਹੁੰਦੀ ਹੈ ਅਤੇ ਉਹਨਾਂ ਨੂੰ ਛੇੜਨ ਦਾ ਜਾਂ ਉਹਨਾਂ ਨੂੰ ਟੱਚ ਕਰਨ ਨਾਲ ਉਹਨਾਂ ਦੀ ਜਿਹੜੀ ਗਰੋਥ ਦੇ ਉੱਤੇ ਅਸਰ ਹੁੰਦਾ। ਇਸ ਲਈ ਅਸੀਂ ਚੌਥੇ ਦਿਨ ਐਮਬਰੀਓਜ਼ ਨੂੰ ਖੋਲ੍ਹ ਕੇ ਨਹੀਂ ਦੇਖਦੇ। ਤੀਸਰੇ ਦਿਨ ਤੋਂ ਬਾਅਦ 5ਵੇਂ ਦਿਨ ਸਿੱਧਾ ਐਮਬਰੀਓਜ਼ ਖੋਲ੍ਹੇ ਜਾਂਦੇ ਆ, ਜਿਸ ਟਾਈਮ 'ਤੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਇਹਨਾਂ ਤੋਂ ਬਲਾਸਟੋਸਿਸਟ ਬਣਨਗੇ। ਬਲਾਸਟੋਸਿਸਟ ਇੱਕ ਬਹੁਤ ਹੀ ਸਟੇਬਲ ਐਮਬਰੀਓ ਹੁੰਦਾ, 5ਵੇਂ ਦਿਨ ਦਾ ਐਮਬਰੀਓ ਹੁੰਦਾ, ਔਰ ਇਹਦੇ ਵਿੱਚ ਐਮਬਰੀਓਜ਼ ਜਿਹੜੇ 2 ਹਿੱਸਿਆਂ 'ਚ ਵੰਡੇ ਜਾਂਦੇ ਆ। ਪਹਿਲੇ ਜਿਹੜੇ 8 ਸੈੱਲ ਦੇ ਐਮਬਰੀਓਜ਼ ਹੁੰਦੇ ਉਹ ਆਪਸ ਵਿੱਚ ਜੁੜ ਜਾਂਦੇ ਆ, ਚੌਥੇ ਦਿਨ 'ਤੇ ਮੋਰੂਲਾ ਬਣਦਾ, ਔਰ 5ਵੇਂ ਦਿਨ 'ਤੇ ਜਦੋਂ ਐਮਬਰੀਓ 2 ਹਿੱਸਿਆਂ ਵਿੱਚ ਟੁੱਟ ਜਾਂਦਾ, ਇੱਕ ਬੇਬੀ ਜਿਹੜਾ ਬੇਬੀ ਬਣਨਾ ਹੁੰਦਾ ਫਿਊਚਰ, ਔਰ ਇੱਕ ਜਿਹੜੀ ਔਲ ਬਣੀ ਹੁੰਦੀ ਆ, ਪਲਸੈਂਟਾ ਬਣਨਾ ਹੁੰਦਾ ਫਿਊਚਰ। ਸੋ ਜੇ ਇਸ ਪੁਆਇੰਟ ਤੱਕ ਐਮਬਰੀਓਜ਼ ਵਧੀਆ ਤਰੀਕੇ ਨਾਲ ਚਲੇ ਜਾਂਦੇ ਆ ਤਾਂ ਪ੍ਰੈਗਨੈਂਸੀ ਹੋਣ ਦੀ ਕਾਫੀ ਸੰਭਾਵਨਾ ਹੁੰਦੀ ਹੈ। ਸੋ ਇੱਕ ਪੇਸ਼ੈਂਟ ਜਿਹੜਾ ਆਪਣੇ ਐਗਜ਼ ਨਾਲ, ਆਪਣੇ ਸਪਰਮਸ ਨਾਲ IVF ਕਰਾ ਰਿਹਾ, ਉਹਨੂੰ ਅਸੀਂ ਔਨ ਐਨ ਐਵਰੇਜ 50% ਸਕਸੈਸ ਰੇਟ ਦਿੰਦੇ ਹਾਂ। ਪਰ ਜੇ ਪੇਸ਼ੈਂਟ ਬਲਾਸਟੋਸਿਸਟ ਵਧੀਆ ਕੁਆਲਿਟੀ ਦੇ ਏ ਗ੍ਰੇਡ, ਬੀ ਗ੍ਰੇਡ ਬਣਾ ਰਿਹਾ ਹੁੰਦਾ ਤਾਂ ਉਹਦੇ ਪ੍ਰੈਗਨੈਂਸੀ ਦੇ ਚਾਂਸ ਆਪਣੇ ਆਪ ਵੱਧ ਜਾਂਦੇ ਆ। ਸੋ ਬਲਾਸਟੋਸਿਸਟ ਜਿਹੜਾ ਹੈਗਾ ਉਹ 2 ਤੋਂ ਵੱਧ ਅਸੀਂ ਟ੍ਰਾਂਸਫਰ ਨਹੀਂ ਕਰਦੇ। ਡੇ 3 ਐਮਬਰੀਓਜ਼ 2 ਤੱਕ ਹੀ ਟ੍ਰਾਂਸਫਰ ਕਰਦੇ ਹਾਂ, 3 ਤੱਕ ਐਮਬਰੀਓਜ਼ ਤਾਂ ਹੀ ਪਾਏ ਜਾਂਦੇ ਹਨ ਜੇ 3 ਹੀ ਹਨ, ਅਤੇ ਇਹਨਾਂ ਨੂੰ ਹੁਣ 2 ਪਾ ਕੇ 1 ਫਰੀਜ਼ ਕਰਨ ਦੀ ਜਿਹੜੀ ਹੈਗੀ ਆ ਖਰਚਾ ਪੇਸ਼ੈਂਟ ਨਹੀਂ ਲੈਣਾ ਚਾਹੁੰਦਾ, ਤਾਂ ਅਸੀਂ 3 ਐਮਬਰੀਓਜ਼ ਵੀ ਪਾ ਸਕਦੇ ਹਾਂ ਡੇ 3 'ਤੇ। ਸੋ ਹਰ ਇੱਕ ਪੇਸ਼ੈਂਟ ਜਿਹੜਾ ਵੀ IVF ਕਰਾ ਰਿਹਾ ਉਹਨੂੰ ਇਸ ਚੀਜ਼ ਦੀ ਜੇ ਬੇਸਿਕ ਨੌਲੇਜ ਹੋਵੇ ਤਾਂ ਉਹ ਆਪਣੇ ਡਾਕਟਰ ਨੂੰ ਥੋੜ੍ਹਾ ਪੁੱਛ ਸਕਦਾ ਕਿ ਇਹ ਕਿਸ ਤਰ੍ਹਾਂ ਚੱਲਿਆ ਸੀ। ਜੇ ਸਾਨੂੰ ਨਾਲ ਨਾਲ ਇਨਫੋਰਮੇਸ਼ਨ ਹੋਏਗੀ ਤਾਂ IVF ਦੇ ਰਿਜ਼ਲਟ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਨਹੀਂ ਹੈ ਕਿ 100% ਨੇ। IVF ਦੇ ਰਿਜ਼ਲਟ ਘੱਟ ਵੀ ਹੋ ਸਕਦੇ ਆ, ਵੱਧ ਵੀ ਹੋ ਸਕਦੇ ਆ, ਪਰ ਪੇਸ਼ੈਂਟ ਨੂੰ ਇਹਦੇ ਬਾਰੇ ਜੇ ਪੂਰੀ ਨੌਲੇਜ ਹੋਏਗੀ ਤਾਂ ਉਹਨੂੰ ਆਈਡੀਆ ਹੋਏਗਾ ਕਿ ਹਾਂ ਮੇਰੇ ਐਮਬਰੀਓਜ਼ ਕਿੱਦਾਂ ਦੇ ਬਣੇ ਸੀ। ਕਿਉਂਕਿ ਪਹਿਲਾ IVF ਸਾਈਕਲ ਇੱਕ ਇੰਡੈਕਸ IVF ਸਾਈਕਲ ਹੁੰਦਾ। ਮੈਂ ਇਸ ਤਰ੍ਹਾਂ ਮੰਨਦੀ ਹਾਂ ਕਿ ਫਸਟ IVF ਸਾਈਕਲ ਬੈਸਟ IVF ਸਾਈਕਲ ਹੁੰਦਾ, ਕਿਉਂਕਿ ਇਹਦੇ ਵਿੱਚ ਸਾਨੂੰ ਕਾਫੀ ਹੱਦ ਤੱਕ ਪਤਾ ਲੱਗ ਜਾਂਦਾ ਹੈ ਕਿ ਇਹ ਪ੍ਰੈਗਨੈਂਸੀ ਜੇ ਤਾਂ ਹੋ ਸਕਦੀ ਹੈ ਤਾਂ ਠੀਕ ਹੈ, ਔਰ ਜੇ ਨਹੀਂ ਹੋ ਸਕਦੀ ਤਾਂ ਇਹਦੇ ਬਾਰੇ ਅੱਗੇ ਕੀ ਕਰਨਾ ਚਾਹੀਦਾ। ਸੋ ਜੇ ਆਪਣੇ ਐੱਗ ਜਾਂ ਸਪਰਮ ਦੀ ਕੁਆਲਿਟੀ 'ਚ ਜਾਂ ਐਮਬਰੀਓ ਕੁਆਲਿਟੀ ਵਿੱਚ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਉਸਦਾ ਜਿਹੜਾ ਹੈਗਾ ਅੱਗੇ ਸੋਲਿਊਸ਼ਨ ਨਿਕਲ ਕੇ ਆ ਸਕਦਾ ਹੈ। ਪਰ ਜੇ ਅਸੀਂ ਐਮਬਰੀਓਲੋਜੀ ਬਾਰੇ ਬਿਲਕੁਲ ਕੁਛ ਵੀ ਪਤਾ ਨਹੀਂ ਹੋਏਗਾ ਸਾਨੂੰ, ਜੇ ਸੋਲਿਊਸ਼ਨ ਨਹੀਂ ਨਿਕਲਿਆ ਤਾਂ ਆਉਣ ਵਾਲੇ ਸਾਈਕਲ ਵਿੱਚ ਪਤਾ ਨਹੀਂ ਲੱਗੇਗਾ ਕਿ ਅੱਗੇ ਹੁਣ ਕੀ ਕਰਨਾ। ਬਹੁਤ ਸਾਰੇ IVF ਸੈਂਟਰ ਬੈਚ ਬਣਾਉਂਦੇ ਹਨ। ਬੈਚ ਬਣਾਉਣ ਦਾ ਮਤਲਬ ਹੈ ਕਿ ਉਹ ਪੇਸ਼ੈਂਟਸ ਇਕੱਠੇ ਕਰ ਲੈਂਦੇ ਆ ਔਰ ਫਿਰ ਉਹਨਾਂ ਦਾ IVF ਹੁੰਦਾ। ਇਸ ਵਿੱਚ ਜੇ ਨੰਬਰ ਬਹੁਤ ਜ਼ਿਆਦਾ ਹੋਵੇ ਤਾਂ ਪੇਸ਼ੈਂਟਸ ਨੂੰ 1-to-1 ਇੰਟਰੈਕਸ਼ਨ ਨਹੀਂ ਹੁੰਦੀ ਆਪਣੇ ਕੰਸਲਟੈਂਟ ਨਾਲ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਚੱਲ ਰਿਹਾ ਹੈ। ਵਿਜ਼ ਜੇ ਔਨਗੋਇੰਗ ਪ੍ਰੋਗਰਾਮ ਹੋਵੇ ਜਿਹਦੇ ਵਿੱਚ IVF ਸਾਈਕਲ ਹਮੇਸ਼ਾ ਚੱਲਦਾ ਰਹਿੰਦਾ, ਸਾਰਾ ਸਾਲ IVF ਸਾਈਕਲ ਚੱਲਦਾ ਰਹਿੰਦਾ, ਸਿਰਫ ਉਦੋਂ ਹੀ ਲੈਬ ਬੰਦ ਹੁੰਦੀ ਹੈ ਜਦੋਂ ਲੈਬ ਦੀ ਕਲੀਨਿੰਗ ਹੋਣੀ ਹੁੰਦੀ ਹੈ ਜੋ ਸਾਲ ਵਿੱਚ ਸਿਰਫ ਇੱਕ ਵਾਰੀ ਹੁੰਦੀ ਹੈ, ਤਾਂ ਫਿਰ ਉਹਦੇ ਨਾਲ ਪੇਸ਼ੈਂਟ ਜਿਹੜੇ ਹੈਗੇ ਆ ਉਹ ਡਿਸਟ੍ਰੀਬਿਊਟ ਹੋ ਜਾਂਦੇ ਪੂਰੇ ਮਹੀਨੇ ਵਿੱਚ, ਇਕੱਠੇ ਨਹੀਂ ਹੁੰਦੇ, ਅਤੇ ਇੱਕ ਇੱਕ ਪੇਸ਼ੈਂਟ ਨੂੰ ਆਪਣੇ ਆਪਣੇ IVF ਦੇ ਸਾਈਕਲ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ। ਸੋ ਬੈਚਿੰਗ ਤੋਂ ਜ਼ਿਆਦਾ ਔਨਗੋਇੰਗ ਪ੍ਰੋਗਰਾਮ ਵਧੀਆ ਹੁੰਦਾ ਹੈ, ਅਤੇ ਸਾਨੂੰ ਇੱਦਾਂ ਦਾ ਸੈਂਟਰ ਚੂਜ਼ ਕਰਨਾ ਚਾਹੀਦਾ ਹੈ ਜਿੱਥੇ ਔਨਗੋਇੰਗ ਪ੍ਰੋਗਰਾਮ ਹੋਵੇ, ਬੈਚਿੰਗ ਨਾ ਹੁੰਦੀ ਹੋਵੇ। ਔਰ ਐਮਬਰੀਓਲੋਜੀ ਦੀ ਨੌਲੇਜ ਜਿਹੜੀ ਹੈਗੀ ਹੈ ਉਹ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ IVF ਸਾਈਕਲ ਵਿੱਚ ਇੰਨਾ ਜ਼ਿਆਦਾ ਖਰਚਾ ਹੋ ਰਿਹਾ ਹੈ ਅਤੇ ਪੇਸ਼ੈਂਟ ਦੀ ਇਹ ਕਹਿ ਲਓ ਇੱਕ ਤਰ੍ਹਾਂ ਦਾ ਰਾਈਟ ਬਣਦਾ ਹੈ ਕਿ ਉਹਨੂੰ ਪਤਾ ਹੋਵੇ ਕਿ ਉਹਦੇ ਐਮਬਰੀਓਜ਼ ਕਿਸ ਤਰ੍ਹਾਂ ਬਣੇ, ਕਿੰਨੇ ਨੰਬਰ ਸੀ, ਕਿੰਨੇ ਮਚਿਓਰ ਸੀ। ਕਿਉਂਕਿ ਇਹ ਜਦੋਂ ਅਸੀਂ ਕੋਈ ਵੀ ਪੇਸ਼ੈਂਟ ਸਾਡੇ ਕੋਲ ਦੂਸਰੇ ਸੈਂਟਰ ਦਾ ਫੇਲਡ IVF ਸਾਈਕਲ ਦਾ ਆਉਂਦਾ ਹੈ ਅਤੇ ਅਸੀਂ ਉਹਦੇ ਤੋਂ ਇੱਦਾਂ ਦੇ ਸਵਾਲ ਪੁੱਛਦੇ ਹਾਂ ਤਾਂ ਉਹ ਬਹੁਤ ਬਲੈਂਕ ਹੁੰਦੇ ਆ। ਉਹਨਾਂ ਨੂੰ ਕੁਛ ਵੀ ਨਹੀਂ ਪਤਾ ਹੁੰਦਾ ਕਿ IVF 'ਚ ਕਿੰਨੇ ਐੱਗ ਬਣੇ, ਉਹਨਾਂ 'ਚੋਂ ਕਿੰਨੇ ਮਚਿਓਰ ਸੀ, ਕਿੰਨੇ ਏ ਗ੍ਰੇਡ ਐਮਬਰੀਓ ਬਣੇ, ਕਿਹੜੇ ਦਿਨ ਟ੍ਰਾਂਸਫਰ ਹੋਇਆ, ਔਰ ਕਿੰਨੇ ਐਮਬਰੀਓਜ਼ ਪਾਏ ਗਏ। ਇੱਥੋਂ ਤੱਕ ਦੀ ਨੌਲੇਜ ਬਿਲਕੁਲ ਨਹੀਂ ਹੁੰਦੀ ਹੈ, ਪਰ ਇਹ ਜਿੱਦਾਂ ਕਹਿ ਲਓ ਕਿ ਇਹ ਬਹੁਤ ਜ਼ਰੂਰੀ ਹੈ ਵਾਈਟਲ
ਫੈਟਲ ਹੈ, ਇਸ ਤਰ੍ਹਾਂ ਦੀ ਨੌਲੇਜ ਲੈਣਾ ਔਰ ਇਸ ਚੀਜ਼ ਦੇ ਬਾਰੇ ਪਤਾ ਹੋਣਾ, ਸੋ ਦੈਟ ਨੈਕਸਟ ਪਲਾਨ ਜਿਹੜਾ ਹੈਗਾ ਉਹ ਇੱਕ ਵਧੀਆ ਤਰੀਕੇ ਨਾਲ ਬਣੇ ਔਰ ਅਸੀਂ ਇੱਕ ਫੇਲੀਅਰ ਦੇ ਉੱਤੇ ਇੱਕ ਹੋਰ ਫੇਲੀਅਰ ਨਾ ਬਣਾ ਦਈਏ। ਤੁਹਾਡਾ ਬਹੁਤ ਬਹੁਤ ਧੰਨਵਾਦ।